साढ़े समूह नगर निवासी मचाकी खुरद सारे किसान भरावां ने सारे ने रल के कहा भी जिहड़े अपने किसान तकरीबन 2 महीनों तो दिल्ली बैठे आ इन्नी ठंड च ते आपां भी उन्होंने खुराक कोई संबंधी खोआ गजरेला बना के भेजिए ताँ कि उन्होंने हौसला रहे भी साढ़े मगर हरेक पिंड का हरेक किसान साड़ी मदद लई तैयार है ते किसे तरह उन्होंने ये ना लगे भी साढ़े मगर कोई किसान साड़ी कोई मगर आ नहीं रहा असी सारा कुछ देखते हुए सारे पिंड ने रल के उपराला किया भी तकरीबन 15 तो 16 क्विंटल खोआ असी लैके मंगलवार को आदि नगर चो किसानों भेजांगे इस तरह काम जारी रखांगे होर भी इस तो बाद दोबारा भी भेजन की बहुत कोशिश करांगे साडा सारे पिंड वालों किसानों वालों ये उपराला है भी तकरीबन हरेक ट्राली च एक डब्बा खोए का गजरेले का भेजा जाए ता कि हरेक तक असी पहुँचा सकी। ਤੁਹਾਡੇ ਪਿੰਡ ਦੇ ਵਿੱਚ ਵੇਖਣ 'ਚ ਆਉਂਦਾ ਸੀਗਾ ਕਿ ਧੜੇਬੰਦੀ ਬਹੁਤ ਸੀ ਪਰ ਅੱਜ ਸਾਰੇ ਬੰਦੇ ਇਕੱਠੇ ਹੋ ਕੀ ਲੱਗਦਾ ਕੀ ਕਹਿਣਾ ਤੁਹਾਡਾ ਇਸ ਨਾਲ? ਇਹ ਗੱਲ ਮੋਦੀ ਸਾਹਿਬ ਨੇ ਇੱਕ ਤਾਂ ਇਹ ਆ ਵੀ ਸਾਡੇ ਕਿਸਾਨਾਂ ਵਾਲੇ ਦਾ ਬਹੁਤ ਮਾੜਾ ਕੰਮ ਕੀਤਾ, ਦੂਜੇ ਪਾਸੇ ਉਹਨੇ ਚੰਗਾ ਵੀ ਕੀਤਾ। ਸਾਰੇ ਪਿੰਡਾਂ 'ਚ ਏਕਤਾ ਹੋਇਆ ਇਸ ਗੱਲ ਨਾਲ, ਕਿਸਾਨਾਂ ਨੇ ਪਿੰਡਾਂ 'ਚ ਪਾਰਟੀਆਂ ਛੱਡ ਕੇ ਏਕਤਾ ਬਣਾਈ ਹੈ ਵੀ ਜੇ ਆਪਾਂ ਇਕੱਠੇ ਰਵਾਂਗੇ ਇਹਨਾਂ ਸਰਕਾਰਾਂ ਨਾਲ ਫੇਰ ਹੀ ਨਜਿੱਠਾਂਗੇ। ਅਤੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਾਂ ਧੜੇਬੰਦੀ ਨੂੰ ਛੱਡ ਕੇ ਅਤੇ ਸਾਰੇ ਇਕੱਠੇ ਹੋਈਏ ਤਾਂ ਹੀ ਇਹੋ ਜਿਹੀਆਂ ਜਿਹੜੀਆਂ ਮਾਰੂ ਨੀਤੀਆਂ ਆਉਂਦੀਆਂ ਫਿਰ ਹੀ ਆਪਾਂ ਦਬਾ ਸਕਦੇ ਹਾਂ ਅਤੇ ਪਿੰਡਾਂ ਦਾ ਵਿਕਾਸ ਕਰ ਸਕਦੇ ਹਾਂ। ਜੇ ਆਪਾਂ ਤੁਹਾਡਾ ਬੰਦੀਆਂ ਰੱਖਾਂਗੇ ਤਾਂ ਪਿੰਡਾਂ ਦਾ ਵਿਕਾਸ ਵੀ ਇੱਕ ਦੂਜੇ ਦੀ ਸ਼ਿਕਾਇਤਬਾਜ਼ੀ 'ਚ ਸਾਰੀ ਉਮਰ ਆਪਾਂ ਟਪਾਲੀ ਹੈ। ਅਤੇ ਹੁਣ ਮੈਂ ਅਪੀਲ ਕਰਦਾ ਵੀ ਹਰੇਕ ਪਿੰਡ 'ਚ ਧੜੇਬੰਦੀ ਖਤਮ ਕਰਕੇ ਅਤੇ ਆਪਾਂ ਨੂੰ ਇਹ ਜਿਹੇ ਉਪਰਾਲੇ ਲਈ ਅੱਗੇ ਆਉਣਾ। ਥਰਮਲ ਸਿੰਘ ਸੇਖੋਂ ਪਿੰਡ ਮਚਾਕੀ ਖੁਰਦ ਪੰਚਾ ਮੌਜੂਦਾ ਜ਼ਿਲ੍ਹਾ। ਹਾਂਜੀ, ਕੀ ਕਹਿਣਾ ਤੁਹਾਡਾ, ਕੀ ਉਪਰਾਲਾ ਕੀਤਾ ਜਾ ਰਿਹਾ? ਅਸੀਂ ਜੋ ਕਿਸਾਨ ਦਿੱਲੀ ਗਏ ਹੋਏ ਆ ਉਹਨਾਂ ਵਾਸਤੇ ਮਤਲਬ ਖੋਆ ਤਿਆਰ ਕਰਕੇ ਪਿੰਡ ਦੀ ਸਹਿਮਤੀ ਨਾਲ ਧੜੇਬੰਦੀ ਉੱਪਰ ਉੱਠ ਕੇ ਭੇਜਣਾ ਚਾਹੁੰਦੇ ਹਾਂ। ਉਹ ਭੇਜਣਾ ਵੀ ਮੰਗਲਵਾਰ ਨੂੰ ਅਸੀਂ। ਕਿੰਨਾ ਕੁ ਭੇਜ ਰਹੇ ਹੋ ਜੀ? 15-16 ਕੁਇੰਟਲ ਭੇਜ ਰਹੇ ਹਾਂ। ਸਾਡੇ ਜਿਹੜੇ ਨੌਜਵਾਨਾਂ ਦਾ ਬੜਾ ਵੱਡਾ ਉਪਰਾਲਾ ਹੈ। ਸਾਡੇ ਸਾਬਕਾ ਸਰਪੰਚ ਮਨਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਨਾਲ ਨਿਰਮਲ ਸਿੰਘ ਸੇਖੋਂ ਮੌਜੂਦਾ ਸਰਪੰਚ ਹੈ, ਜਿਨ੍ਹਾਂ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਅਤੇ ਸਾਡੇ ਸਾਰੇ ਨਗਰ ਦੇ ਵਿੱਚੋਂ ਬੜੇ ਉਪਰਾਲੇ ਦੇ ਨਾਲ ਦੁੱਧ ਇਕੱਠਾ ਕੀਤਾ। ਪਹਿਲਾਂ ਦੁੱਧ ਇਕੱਠੇ ਦੇ ਨਾਲ ਮਾਇਆ ਲੋਕਾਂ ਨੇ ਬੜੇ ਖੁੱਲ੍ਹੇ ਦਿਲ ਨਾਲ ਦਿੱਤੀ ਹੈ। ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਉੱਥੇ 15-16 ਕੁਇੰਟਲ ਜਿਹੜਾ ਗਜਰੇਲਾ ਤਿਆਰ ਕਰਨ ਲੱਗਾ। 4 ਦਿਨ ਹੋ ਗਏ ਇਹਨਾਂ ਨੂੰ ਅੱਜ ਲੱਗਿਆ ਨੂੰ, ਅੱਜ ਵੀ ਅਜੇ ਕੰਮ ਮੁਕੰਮਲ ਨਹੀਂ ਹੁੰਦਾ ਗਾ। ਸਾਰਾ ਲਿਜਾ ਕੇ ਉੱਥੇ ਦਿੱਲੀ ਦੇ ਆਪਦੇ ਹੱਥਾਂ ਨਾਲ ਵਰਤਾਇਆ ਜਾਣਾ, ਜਿਹੜੇ ਪੈਕਟਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਹ ਉੱਥੇ ਮੋਰਚੇ ਦੇ ਵਿੱਚ ਪਹੁੰਚਾਇਆ ਜਾਵੇ। ਸਾਡਾ ਇਹ ਹੈ ਜੀ, 26 ਤਰੀਕ ਦੀ ਕਿਸਾਨ ਜਥੇਬੰਦੀਆਂ ਦੀ ਕੌਲ ਸੀ ਦਿੱਲੀ ਪਹੁੰਚਣ ਦੀ, ਗੁਰਪੁਰਬ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਦਾ। 30 ਤਰੀਕ ਨੂੰ ਅਸੀਂ ਭੋਗ ਪਾ ਕੇ ਉਸ ਤੋਂ ਉਪਰੰਤ ਆਸ਼ੀਰਵਾਦ ਲੈ ਕੇ ਗੁਰੂ ਮਹਾਰਾਜ ਦਾ, ਫਿਰ ਸਾਡੇ ਪਿੰਡ ਨੂੰ ਇੱਥੋਂ ਬਰਾੜ ਸਾਹਿਬ ਦਾ ਟਰੈਕਟਰ ਟਰਾਲੀ ਗਿਆ। ਸਾਡੇ ਪਿੰਡ ਦਾ ਪਰਮਜੀਤ ਸਿੰਘ ਹੈ ਜੀ, ਇੱਕ ਉਹ ਬੰਦਾ ਬਾਹਰ ਜੋਬ ਕਰਦਾ, 2 ਮਹੀਨੇ ਦੀ ਛੁੱਟੀ ਆਇਆ। ਛੁੱਟੀ ਆਉਣ ਦੇ ਬਾਵਜੂਦ ਵੀ ਉਹ 1 ਮਹੀਨਾ ਹੋ ਗਿਆ ਲਗਾਤਾਰ ਟਿਕਰੀ ਬਾਰਡਰ 'ਤੇ ਹੈ ਜੀ। ਹੋਰ ਵੀ ਸਾਡੇ ਪਿੰਡ ਦੇ 10 ਤੋਂ 15 ਬੰਦੇ ਜਾਂਦੇ ਆ, 10 ਹਫ਼ਤਾ 10 ਦਿਨ ਲਾਉਂਦੇ ਆ, ਫਿਰ ਵਾਪਸ ਆ ਜਾਂਦੇ ਆ ਜੀ। ਬਹੁਤ ਵਧੀਆ ਯੋਗਦਾਨ ਆ ਪਿੰਡ ਦਾ, ਸਾਰੇ ਦਾ, ਸਾਡੇ ਦਾ ਜੀ। ਛੋਟਾ ਜਿਹਾ ਨਗਰ ਆ ਸਾਡਾ ਮਚਾਕੀ ਖੁਰਦ। ਸੰਘਰਸ਼ ਨੂੰ ਲੈ ਕੇ ਕੀ ਲੱਗਦਾ ਤੁਹਾਨੂੰ? ਸੰਘਰਸ਼ ਪੂਰਾ ਜ਼ੋਰਾਂ 'ਤੇ ਹੈ ਜੀ, ਤਿੱਖਾ। ਹੁਣ ਤਾਂ ਇੱਕ ਪਾਸਾ ਹੀ ਹੋਊਗਾ ਜੀ।